ਤੇ ਚਿੱਟਾ ਮੈਂ ਵੇਚਦਾ ਸੀ ਤੇ ਸੱਤੇ ਪਿੰਦੀ ਨਾਲ ਜੱਫੀ ਪੈ ਪਾਉਂਦਾ ਸੀ ਹੈ ਤੇ ਜਿਹੜਾ ਭੋਲਾ ਸੀ ਉਹ ਮੇਰਾ ਬੰਦਾ ਸੀ ਇਹ ਝੂਠੇ ਲੋਕ ਨਕਾਬਪੋਸ਼ ਲੋਕ ਡਰਾਈਵਰੀ ਕਰਦਾ ਮੇਰੀ ਕਾਲਜ 'ਚ ਆ ਕੇ ਹਰੀ ਟੁੱਟੀ ਕਾਲਜ ਨਹੀਂ ਮੈਂ ਕਿਹਾ ਯਾਰ ਇਹ 'ਚ ਨਹੀਂ ਜਾਣਾ ਤੇ ਮੇਰੀ ਲੈਂਡ ਕਰੀ ਭਾਜੀ ਮੈਂ ਕੱਢਾਂ ਭਾਜੀ ਮੈਂ ਕੱਢਾਂ ਸੂ ਬਣਾਉਂਦਾ ਨਾ ਮੇਰੀ ਇਹ ਦੋ ਟਕੇ ਦਾ ਬੰਦਾ ਹੈ ਯੂਪੀ ਉਹ ਭੱਜ ਕੇ ਇੱਥੇ ਆ ਗਿਆ ਇਹ ਸਿੱਧੂ ਨੂੰ ਦੱਸੋ ਰਾਜਨੀਤੀ ਕੀ ਹੈ ਜਾਓ ਹਾਰਾਂ ਜਿੱਤਾਂ ਹੁੰਦੀਆਂ ਰਹਿੰਦੀਆਂ ਨੇ ਪਰ ਤੇਰੇ ਵਰਗੇ ਲਗਾੜਿਆਂ ਤੋਂ ਨਹੀਂ ਲੰਡੂਆਂ ਤੋਂ ਨਹੀਂ ਦੋ ਨੰਬਰ ਬੰਦਾ ਤੂੰ ਤੇਰੇ ਦੋ ਨੰਬਰ ਕੰਮ ਕੇਬਲ ਦੇ ਪੈਸੇ ਕੌਣ ਖਾਂਦਾ ਸੀ 10,000 ਕੀ ਦਾ ਬੰਦਾ ਹੋਏ ਤੂੰ ਦੱਸ ਕਦੇ ਕੋਈ ਰੋਡ ਮੈਪ ਦਿੱਤਾ ਕਦੇ ਪੰਜਾਬ ਨੂੰ ਕੱਢਣ ਦਾ ਏਜੰਡਾ ਦਿੱਤਾ ਜਿੱਥੇ 50 ਕਰੋੜ 57 ਕਰੋੜ ਰੁਪਈਆ ਤੇਲੰਗਾਨਾ ਇੱਕ ਹਫ਼ਤੇ 'ਚ ਕਮਾਉਂਦਾ ਤੁਸੀਂ 40-40 ਕਰੋੜ ਰੁਪਈਆ 10 ਸਾਲ ਸੈਂਡ ਦਾ ਦਿੰਦੇ ਰਹੇ ਐਸਟੀਐਫ ਦੀ ਰਿਪੋਰਟ 'ਚ ਆਇਆ ਸਿੱਧੂ ਤਾਂ ਉਦੋਂ ਵੀ ਪ੍ਰੈਸ ਕਾਨਫਰੰਸਾਂ ਕਰਦਾ ਇੱਥੇ ਤੋਂ ਡਰਿਆ ਕਰੇ ਹੋਏ ਹੈਂ ਤੂੰ ਹੈ ਕੀ ਹੋਏ 25 ਸਾਲ ਕ੍ਰਿਕਟ ਖੇਡੀ ਤੂੰ ਗੁੱਲੀ ਟੱਲਾ ਵੀ ਖੇਡਾ ਤੇ ਦੱਸ ਹੈਂ 20 ਸਾਲ ਟੈਲੀਵਿਜ਼ਨ ਦੇ ਉੱਤੇ ਮਸਲੈਸ ਮੀਡੀਅਮ ਉੱਥੇ ਰਾਜ ਕੀਤਾ 4 ਵਾਰ ਦੇ ਐਮ ਪੀ ਆ ਦੋ ਹੁਣ ਜਿੱਤ ਲੀਆਂ ਹੈਂ ਤੁਹਾਨੂੰ ਹਮੇਸ਼ਾ ਹੀ ਦਰਦ ਹੁੰਦੀ ਰਹੀ ਤੁਸੀਂ ਹਮੇਸ਼ਾ ਹੀ ਸਿੱਧੂ ਨੂੰ ਹਰਾਉਣ ਨੂੰ ਫਿਰਦੇ ਰਹੇ ਪਰ ਕੀ ਤੁਸੀਂ ਹਰਾਓਗੇ ਜਾਂ ਪੰਜਾਬ ਦੇ ਲੋਕ ਦੇਣਗੇ ਇਹੀ ਹੰਕਾਰ ਹੈ ਇਹਨਾਂ ਦੇ ਪਲਾਟ ਵਿਕਦੇ ਸੀ ਇਹ ਕਿੱਥੋਂ ਆ ਗਈਆਂ ਰੇਂਜ ਰੋਵਰਾਂ ਇਹ ਕਿੱਥੋਂ ਆ ਗਏ ਪਲਾਟ ਇਹ ਕਿੱਥੋਂ ਆ ਗਈਆਂ ਪਾਰਕਿੰਗ ਲੋਟਾਂ ਤੇ ਇਹ ਕਰੋੜ ਕਰੋੜ ਦੀ ਜ਼ਮੀਨ ਇਹਨਾਂ ਨੇ 3-3 ਕਰੋੜ ਨੂੰ ਵੇਚੀ ਕਿ ਨਹੀਂ ਵੇਚੀ ਚਿੱਟਾ ਵੇਚਿਆ ਕਿ ਨਹੀਂ ਵੇਚਿਆ ਸਿੱਧੂ ਸਾਹਿਬ ਉਹ ਕਹਿੰਦੇ ਕਿ ਜੇ ਮੇਰੇ ਨਾਲੇ ਚਿੱਟਾ ਵੇਚਿਆ ਹੋਵੇ ਲੱਖ ਰੁਪਏ ਨਾਲੇ ਵੇ ਠਹਿਰ ਨਾ ਯਾਰ ਪੂਰੀ ਗੱਲ ਕਹਿੰਦੀ ਪਰ ਬਾਦਲ ਦਾ ਬਿਆਨ ਹੈ ਕਿ ਜੇ ਮੇਰੇ ਭਰਾ ਨੇ ਚਿੱਟਾ ਵੇਚਿਆ ਹੋਵੇ ਤੇ ਕੱਖ ਨਾਲ ਮੈਂ ਕਹਿੰਦਾ ਰਹੀ ਨਹੀਂ ਗਿਆ ਕੱਖ 12 ਸੀਟਾਂ ਤੇ ਆ ਗਏ ਹੋਰ ਕਿਵੇਂ ਜਾਂਦਾ ਹੁੰਦਾ ਕੱਖ ਓਏ ਠਹਿਰ ਠਹਿਰ ਸਾਰੇ ਤੁਹਾਡੇ ਮਾਡਲ ਭੰਗੋੜਾ ਤੂੰ ਠੀਕ ਗੱਲ ਹੈ ਭੰਗੋੜਾ ਤਾਂ ਆਪ ਹੈ ਮਜੀਠੇ ਭੱਜ ਕੇ ਇੱਥੇ ਆ ਗਿਆ ਨਾਲ ਕਹਿੰਦੇ ਝੂਠਾ ਮਾਡਲ ਨਹੀਂ ਜੇ ਦਾਰੂ ਓਏ ਤੇ ਛੱਡ ਮਜੀਠਾ ਤੇ ਦੂਜੀ ਗੱਲ ਇੱਕ ਮਿੰਟ ਕਾਕਾ ਮੈਨੂੰ ਪਹਿਲਾਂ ਬੋਲ ਲੈਣ ਦੇ ਮੈਨੂੰ ਪਹਿਲਾਂ ਬੋਲ ਲੈਣ ਦੇ ਮੈਨੂੰ ਪਹਿਲਾਂ ਬੋਲ ਲੈਣ ਜੀ ਸਰ ਮੈਂ ਅੱਗੇ ਆਉਣਾ ਚਾਹਨਾ ਜੇ ਤੁਸੀਂ ਪੰਜਾਬ ਦਾ ਕੋਈ ਭਲਾ ਕੀਤਾ ਹੁੰਦਾ ਤੁਸੀਂ 14 ਸੀਟਾਂ ਤੇ ਆ ਜਾਂਦੇ ਹੈਂ ਇਹਦੀ ਭੈਣ ਜੀ ਭੱਜ ਗਈ ਸੀ ਕਿ ਮੇਰੇ ਭਰਾ ਨੂੰ ਮੰਤਰੀ ਬਣਾਓ ਪਹਿਲੀ ਵਾਰ ਐਮਐਲਏ ਬਣਿਆ ਤੇ ਮੰਤਰੀ ਬਣ ਗਿਆ ਬ੍ਰਹਮਪੁਰਾ ਸਾਹਿਬ ਆ ਜਿੰਨੇ ਨਾਲ ਖੜੇ ਅੱਜ ਬੋਨੀ ਦਾ ਐਫੀਡੈਵਿਟ ਹੈ ਇਹਦੇ ਡਰੱਗ ਮਾਮਲੇ 'ਚ ਦਿਆਂ ਪੇਸ਼ ਕਰਾਂ ਬੋਨੀ ਦਾ ਐਫੀਡੈਵਿਟ ਇਹ ਭੱਜਦੇ ਨੇ ਮੁੱਦਿਆਂ ਤੋਂ ਭਟਕਾਉਣ ਨੂੰ ਨਵਜੋਤ ਸਿੱਧੂ ਦੇ ਏਜੰਡੇ ਦੇ ਅੱਗੇ ਖੜ ਨਹੀਂ ਸਕਦੇ ਕਿਉਂਕਿ ਇਹ ਆਪ ਮਾਫੀਆ ਨੇ ਔਰ ਚੋਰ ਚੋਰ ਮੌਸੇਰੇ ਭਾਈ ਇਹ ਚੋਰ ਰਲ ਗਏ ਹੈ ਇਹ ਜਿੰਨੇ ਚੋਰ ਮਾਫੀਆ ਚਲਾਉਣ ਵਾਲੇ ਚੋਰ ਰੇਤਾ ਚੋਰ ਸ਼ਰਾਬ ਚੋਰ ਸ਼ਰਾਬ ਦੀ ਸਮਗਲਿੰਗ ਕਰਨ ਵਾਲੇ ਇਹ ਜਿੰਨੇ ਤਸਕਰੀ ਕਰਨ ਵਾਲੇ ਚਿੱਟਾ ਵੇਚਣ ਵਾਲੇ ਇਹ ਸਾਰੇ ਰਲ ਗਏ ਆ ਇਹਨਾਂ ਨੂੰ ਫਿਕਰ ਹੈ ਕਿਤੇ ਸਿੱਧੂ ਬਹਿ ਗਿਆ ਨਾ ਕੁਰਸੀ ਤੇ ਸਾਡੇ ਬਾਜ਼ਾਰ ਬੰਦ ਕਰ ਦੂ ਸਾਨੂੰ ਢਾ ਦੂ ਪਰ ਇਹਨਾਂ ਨੂੰ ਇਹ ਫਿਕਰ ਹੈ ਸਾਡੀ ਦੁਕਾਨਦਾਰੀ ਚੱਲਦੀ ਰਹੇ ਇਹ ਰਲੇ ਹੋਏ ਨੇ 75-25 ਖੇਡਦੇ ਆ ਸਾਰਿਆਂ ਨੂੰ ਪਤਾ 75-25 ਕੌਣ ਹੈ ਇਸ ਕਰਕੇ ਇਹ ਇਲੈਕਸ਼ਨ ਹਰਾਮ ਔਰ ਇਮਾਨਦਾਰ ਹੈ ਇਹਦੇ ਪੱਲੇ ਕੁੱਖ ਨਹੀਂ ਸਾਰੇ ਕਿਤੇ ਫਿਰੂ 2-2, 4-4 ਕਰੋੜ ਰੁਪਈਏ ਦੇ ਕੇ ਹਰਾਮ ਦੇ ਹਰਾਮ ਪੰਜਾਬ ਨੂੰ ਵੇਚ ਕੇ ਪੰਜਾਬ ਨੂੰ ਗਿਰਵੀ ਰੱਖ ਕੇ 3 ਲੱਖ ਕਰੋੜ ਰੁਪਈਏ ਦਾ ਜਿਹੜਾ ਕਰਜ਼ਾ ਇਹਨਾਂ ਦੀਆਂ ਜੇਬਾਂ 'ਚ ਗਿਆ ਉਹ ਉਹਨਾਂ ਹੀ ਪੈਸੇ ਇਹਨਾਂ ਦੀਆਂ ਜੇਬਾਂ 'ਚ ਗਿਆ ਉਹ ਪੈਸੇ ਲੈ ਕੇ ਆਇਆ ਹੁਣ ਸਿੱਧੂ ਨੂੰ ਹਰਾਉਣ ਨੂੰ ਉਹ ਪੰਜਾਬ ਕਿਵੇਂ ਜਿੱਤੂਗਾ ਕਿਸੇ ਨੇ ਦੱਸਿਆ ਕਿਸੇ ਨੇ ਔਰਤਾਂ ਦੇ ਲਈ ਕੋਈ ਰੋਡ ਮੈਪ ਦਿੱਤਾ ਇੱਕ ਮਿੰਟ ਕਾਕਾ ਇੱਕ ਮਿੰਟ ਇਸ ਇਹ ਇੱਕ ਮਿੰਟ ਕਾਕਾ ਮੈਂ ਬੋਲ ਇਹ ਦੱਸਣ ਕਿ ਜਿਹੜੀ ਮੈਂ 40-50 ਹਜ਼ਾਰ ਕਰੋੜ ਰੁਪਈਏ
ਡਬਲ ਕਰਕੇ 1 ਲੱਖ ਕਰੋੜ ਰੁਪਈਆ ਲਾ ਕੇ ਕਰਜ਼ੇ ਨੂੰ ਇਹਦੇ ਟ੍ਰੈਂਡ ਨੂੰ ਰਿਵਰਸ ਕਰਕੇ ਲੋਕ ਜਿਹੜੇ 55000 ਕਰੋੜ ਰੁਪਈਏ ਇਨਡਾਇਰੈਕਟ ਟੈਕਸ ਦਿੰਦੇ ਆ ਇਹਦਾ ਰੋਡ ਮੈਪ ਅੱਜ ਤੱਕ ਇਹ ਨਹੀਂ ਦਿੱਤਾ ਸੀ ਇਹ ਫੋਟੋ ਸਟੇਟ ਦੀਆਂ ਦੁਕਾਨਾਂ ਤੇ ਖੜ ਕੇ ਅੱਜ ਨਵਜੋਤ ਸਿੰਘ ਸਿੱਧੂ ਦੀ ਕਾਪੀ ਮਾਰਦੇ ਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਸਿੱਧੂ ਨੇ ਸੱਤਾ ਨਹੀਂ ਹੰਡਾਈ ਸਿੱਧੂ ਨੇ ਹਮੇਸ਼ਾ ਪੰਜਾਬ ਦੇ ਲੋਕਾਂ ਦੀ ਗੱਲ ਕੀਤੀ ਮੁੱਦਿਆਂ ਦੀ ਗੱਲ ਕੀਤੀ ਮੁੱਦਿਆਂ ਦੇ ਉੱਤੇ ਹੀ ਖੜਾ ਸਿੱਧੂ ਤੇ ਇੰਨਾ ਗਿਰ ਗਏ ਇਹ ਇੰਨੇ ਸ਼ਰਮਸਾਰ ਹੋ ਗਏ ਕਿ ਅੱਜ 40 ਸਾਲ ਹੋ ਗਏ ਮੇਰੇ ਮਾਂ ਪਿਓ ਨੂੰ ਮਰੇ ਇਹ ਮੇਰੀ ਮਾਂ ਨੂੰ ਕਬਰਾਂ ਚੋਂ ਕੱਢ ਲਿਆ ਸਿਆਸਤ ਕਰਨ ਨੂੰ ਥੂ ਹੈ ਥੂ ਮੈਂ ਕਹਿੰਦਾ ਨਵਜੋਤ ਸਿੰਘ ਸਿੱਧੂ ਕਦੇ ਇੰਨਾ ਨਹੀਂ ਸੀ ਗਿਰਿਆ ਤੇ ਨਾ ਹੀ ਨਵਜੋਤ ਸਿੰਘ ਸਿੱਧੂ ਆਪਣੀ ਮਾਂ ਨੂੰ ਇਸ ਕਿੱਚੜ 'ਚ ਸਿੱਟੂਗਾ ਕਿੱਚੜ ਨੂੰ ਧੋਣ ਦੀ ਅਪੇਕਸ਼ਾ ਤੋਂ ਨਵਜੋਤ ਸਿੱਧੂ ਕਿੱਚੜ ਤੋਂ ਬਹੁਤ ਦੂਰ ਰਿਹਾ ਔਰ ਇਹ ਵੀ ਕਿੱਚੜ ਹੀ ਹੈ ਇਹਦਾ ਮੂੰਹ ਵੀ ਕਾਲਾ ਹੈ ਯਾਦ ਰੱਖਿਓ ਜਦੋਂ ਜੇਤਲੀ ਨੂੰ ਲੈ ਕੇ ਇਹਨੇ ਬੰਬ ਪਾਟਿਆ ਸੀ ਇਹਦੀ ਦਾੜੀ ਦੂੜੀ ਮੱਚ ਗਈ ਸੀ ਤੇ ਕਾਲਾ ਹੋ ਗਿਆ ਸੀ ਮੂੰਹ ਇਹਦਾ ਕਾਲਾ ਤੇ ਉਹ ਕਾਲਾ ਮੂੰਹ ਲੈ ਕੇ ਲੜਿਆ ਸੀ ਇਲੈਕਸ਼ਨ ਇਹ ਕਾਲੇ ਮੂੰਹ ਵਾਲਾ ਬੰਦਾ ਇਹ 2 ਨੰਬਰ ਬੰਦਾ ਇਹ ਦੁੱਕੀ ਆਦਮੀ ਲਲਕਰੇ ਮਾਰਦਾ ਸ਼ਹਿਰ 'ਚ ਪੁੱਛੋ ਮਾਤਾ ਚਾਂਦ ਕੌਰ ਕਿਹਨੇ ਮਾਰੀ ਪੁੱਛੋ ਸ਼ਬੀਲ ਦੇ ਪਿੱਛੇ ਖੜ ਕੇ ਗੋਲੀਆਂ ਕਿਹਦੋਂ ਚਲਵਾਈਆਂ ਸੰਤਾਂ ਦੇ ਉੱਤੇ ਪੁੱਛੋ ਇਹਨੂੰ ਗੁਗਨੇਜੇ ਦਾ ਮਰਡਰ ਕਿਹਨੇ ਕੀਤਾ ਕਿਹਦੇ ਦੌਰ 'ਚ ਹੋਇਆ ਇਹ ਅਮਨ ਮਾਨ ਦੀ ਗੱਲ ਕਰਨਗੇ ਬਦਮਾਸ਼ ਗੁੰਡੇ ਸ਼ਰਦੇ ਬਨਾਰਸੀ ਠੱਗ ਇੱਕ ਮਿੰਟ ਕਾਕਾ ਮੈਨੂੰ ਪੂਰੀ ਕਰ ਦੇ ਗੱਲ ਆਪਦੀ ਸ਼ਰਦੇ ਬਨਾਰਸੀ ਠੱਗ ਮੈਂ ਕਹਿੰਦਾ ਚਾਹੇ ਪੰਜਾਬ ਦੀ ਰੀਹੈਬਿਲਿਟੇਸ਼ਨ ਦਾ ਸਭ ਤੋਂ ਵੱਡਾ ਏਜੰਡਾ ਲੋਕਾਂ ਦੀ ਤਾਕਤ ਲੋਕਾਂ ਨੂੰ ਵਾਪਸ ਦੇਣੀ ਦ ਪਾਵਰ ਆਫ ਦ ਪੀਪਲ ਮਸਟ ਰਿਟਰਨ ਟੂ ਦ ਪੀਪਲ ਇਹਨਾਂ ਨੇ ਇੱਕ ਹੀ ਬੰਦੇ ਆਪਣੇ ਪਰਿਵਾਰ ਦੇ ਮੰਤਰੀ ਬਣਾ ਲਏ ਇਹਦੀ ਕੀ ਕੁਆਲੀਫਿਕੇਸ਼ਨ ਸੀ ਇਹਦੀ ਕੀ ਕੁਆਲੀਫਿਕੇਸ਼ਨ ਸੀ ਵੀ 4-4 ਵਾਰ ਦੇ ਜਿੱਤੇ ਹੋਏ MLA ਘਰੇ ਬਹਾਤੇ ਇਹਦੀ ਕੀ ਕੁਆਲੀਫਿਕੇਸ਼ਨ ਸੀ ਵੀ ਬ੍ਰਹਮਪੁਰੇ ਵਰਗੇ ਬੰਦੇ 3-3, 4-4 ਵਾਰ ਜਿੱਤੇ ਹੋਏ MLA ਉਹ ਘਰੇ ਬਹਾਤੇ ਇਹਦੀ ਕੁਆਲੀਫਿਕੇਸ਼ਨ ਇੱਕੋ ਹੀ ਹੈ ਗੰਨੇ ਤੋਂ ਗੰਢੇਰੀ ਮਿੱਠੀ ਗੁੜ ਤੋਂ ਮਿੱਠਾ ਰਾਲਾ ਭਾਈ ਤੋਂ ਭਤੀਜਾ ਪਿਆਰਾ ਸਭ ਤੋਂ ਪਿਆਰਾ ਸਾਲਾ ਇਹ ਸਾਲਾ ਹੈ ਇਹਨੂੰ ਸਾਲੇ ਹੋਣ ਦਾ ਫਾਇਦਾ ਮਿਲਿਆ ਇਹ ਸਾਲੇ ਹਾਰ ਹੈ ਇਹ ਸਾਲਾ ਹੈ ਸੁਖਵੀਰ ਦਾ।